ਪਾਠ ਦੂਸਰਾ ਚਮਤਕਾਰੀ ਬੀਜ ਸਹੀ ਅਤੇ ਗਲਤ ਦੀ ਪਹਿਚਾਣ ਸਮੇਂ ਅਨੁਸਾਰ ਦੂਸਰੇ ਦੇ ਹਾਲਾਤਾਂ ਨੂੰ ਸਮਝਣਾ ਜ਼ਰੂਰਤ ਅਤੇ ਚੋਰੀ ਵਿੱਚ ਫਰਕ ਬਹੁਤ ਪੁਰਾਣੀ ਗੱਲ ਹੈ ਚੀਨ ਦੇਸ਼ ਵਿੱਚ ਇੱਕ ਬਹੁਤ ਹੀ ਗਰੀਬ ਵਿਅਕਤੀ ਰਹਿੰਦਾ ਸੀ ਇੱਕ ਦਿਨ ਉਹ ਬਹੁਤ ਭੁੱਖਾ ਸੀ ਉਸ ਤੋਂ ਆਪਣੀ ਭੁੱਖ ਬਰਦਾਸ਼ਤ ਨਾ ਹੋਈ ਅੰਤ ਉਸਨੇ ਬਾਜ਼ਾਰ ਵਿੱਚੋਂ ਇੱਕ ਫਲ ਵਾਲੇ ਦੀ ਦੁਕਾਨ ਤੋਂ ਇੱਕ ਨਾਸ਼ਪਤੀ ਚੁੱਕ ਲਈ ਫਲ ਵਾਲੇ ਨੇ ਉਸ ਨੂੰ ਫੜ ਲਿਆ ਅਤੇ ਰਾਜੇ ਅੱਗੇ ਪੇਸ਼ ਕੀਤਾ ਰਾਜੇ ਨੇ ਉਸ ਵੱਲ ਗੌਰ ਨਾਲ ਤੱਕਿਆ ਅਤੇ ਕਿਹਾ ਤੂੰ ਨਾਸ਼ਪਤੀ ਚੋਰੀ ਕੀਤੀ ਸੀ ਗਰੀਬ ਵਿਅਕਤੀ ਬੋਲਿਆ ਹਜ਼ੂਰ ਮੈਨੂੰ ਬਹੁਤ ਭੁੱਖ ਲੱਗੀ ਸੀ ਮੈਂ ਨਾਸ਼ਪਤੀ ਚੁੱਕ ਕੇ ਖਾਣ ਹੀ ਲੱਗਾ ਸੀ ਮਹਾਰਾਜ ਨੇ ਕਿਹਾ ਇੱਕੋ ਹੀ ਗੱਲ ਹੈ ਤੂੰ ਚੋਰੀ ਕੀਤੀ ਹੈ ਤੈਨੂੰ ਇਸ ਦੀ ਸਜ਼ਾ ਮਿਲੇਗੀ ਗਰੀਬ ਵਿਅਕਤੀ ਬੜੀ ਨਿਮਰਤਾ ਨਾਲ ਬੋਲਿਆ ਤੁਸੀਂ ਮੈਨੂੰ ਸਜ਼ਾ ਸੁਣਾਓ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਉਪਹਾਰ ਦੇਣਾ ਚਾਹੁੰਦਾ ਹਾਂ ਰਾਜਾ ਉਸਦੇ ਫਟੇ ਕੱਪੜਿਆਂ ਵੱਲ ਵੇਖ ਕੇ ਮੁਸਕੁਰਾ ਕੇ ਬੋਲਿਆ ਅੱਛਾ ਦੱਸ ਤੂੰ ਮੈਨੂੰ ਕੀ ਤੋਹਫ਼ਾ ਦੇਣਾ ਚਾਹੁੰਦਾ ਗਰੀਬ ਵਿਅਕਤੀ ਕਹਿਣ ਲੱਗਾ ਹਜ਼ੂਰ ਇਸ ਲਈ ਤੁਹਾਨੂੰ ਸ਼ਾਹੀ ਬਾਗ ਵਿੱਚ ਮੇਰੇ ਨਾਲ ਚੱਲਣਾ ਪਵੇਗਾ ਰਾਜੇ ਨੇ ਉਸਦੀ ਗੱਲ ਸਵੀਕਾਰ ਕਰ ਲਈ ਅਤੇ ਆਪਣੇ ਮੰਤਰੀਆਂ ਸੈਨਾਪਤੀ ਅਤੇ ਸੈਨਿਕਾਂ ਸਮੇਤ ਸ਼ਾਹੀ ਬਾਗ ਵਿੱਚ ਪਹੁੰਚ ਗਿਆ ਗਰੀਬ ਵਿਅਕਤੀ ਨੇ ਆਪਣੀ ਬੰਦ ਮੁੱਠੀ ਰਾਜੇ ਦੇ ਅੱਗੇ ਕੀਤੀ ਤੇ ਬੋਲਿਆ ਹਜ਼ੂਰ ਮੇਰੀ ਮੁੱਠੀ ਵਿੱਚ ਇੱਕ ਚਮਤਕਾਰੀ ਨਾਸ਼ਪਤੀ ਦਾ ਬੀਜ ਹੈ ਇਸ ਬੀਜ ਨੂੰ ਬੀਜਦਿਆਂ ਹੀ ਥੋੜੀ ਦੇਰ ਬਾਅਦ ਦਰਖਤ ਬਣ ਜਾਵੇਗਾ ਅਤੇ ਦਰਖਤ ਨੂੰ ਸੋਨੇ ਦੀਆਂ ਨਾਸ਼ਪਤੀਆਂ ਲੱਗਣਗੀਆਂ ਰਾਜੇ ਨੇ ਉਸ ਨੂੰ ਬੀਜ ਬੀਜਣ ਲਈ ਕਿਹਾ ਗਰੀਬ ਵਿਅਕਤੀ ਨੇ ਕਿਹਾ ਮਹਾਰਾਜ ਮੈਂ ਇਹ ਬੀਜ ਨਹੀਂ ਬੀਜ ਸਕਦਾ ਇਹ ਬੀਜ ਉਦੋਂ ਹੀ ਆਪਣਾ ਚਮਤਕਾਰ ਵਿਖਾਏਗਾ ਜਦੋਂ ਇਸ ਨੂੰ ਉਹ ਵਿਅਕਤੀ ਬੀਜੇ ਜਿਸਨੇ ਨਾ ਤਾਂ ਕਦੇ ਝੂਠ ਬੋਲਿਆ ਹੋਵੇ ਅਤੇ ਨਾ ਹੀ ਕਦੇ ਚੋਰੀ ਕੀਤੀ ਹੋਵੇ ਇਸ ਲਈ ਇਹ ਬੀਜ ਮੈਂ ਨਹੀਂ ਤੁਸੀਂ ਹੀ ਬੀਜ ਸਕਦੇ ਹੋ ਰਾਜੇ ਨੇ ਕੁਝ ਦੇ ਸੋਚਿਆ ਅਤੇ ਗੁੱਸੇ ਨਾਲ ਬੋਲਿਆ ਮੈਂ ਰਾਜਾ ਹਾਂ ਮੈਂ ਕਦੇ ਕੋਈ ਬੀਜ ਨਹੀਂ ਬੀਜਿਆ ਇਹ ਕੰਮ ਮੇਰਾ ਪ੍ਰਧਾਨ ਮੰਤਰੀ ਕਰੇਗਾ ਪ੍ਰਧਾਨ ਮੰਤਰੀ ਇਕਦਮ ਬੋਲਿਆ ਮਹਾਰਾਜ ਬੀਜ ਬੀਜਣ ਦੇ ਸੰਬੰਧ ਵਿੱਚ ਮੇਰਾ ਤਜੁਰਬਾ ਵੀ ਕੋਈ ਚੰਗਾ ਨਹੀਂ ਇਹ ਬੀਜ ਸੈਨਾਪਤੀ ਨੂੰ ਦੇ ਦਿਓ ਸੈਨਾਪਤੀ ਨੇ ਵੀ ਕੋਈ ਬਹਾਨਾ ਬਣਾ ਦਿੱਤਾ ਇੱਕ ਇੱਕ ਕਰਕੇ ਹਰ ਕਿਸੇ ਨੇ ਕੋਈ ਨਾ ਕੋਈ ਬਹਾਨਾ ਬਣਾ ਕੇ ਬੀਜ ਬੀਜਣ ਤੋਂ ਇਨਕਾਰ ਕਰ ਦਿੱਤਾ ਹੁਣ ਸਾਰੇ ਚੁੱਪ ਚਾਪ ਖੜੇ ਉਸ ਖਾਲੀ ਖੱਡੇ ਨੂੰ ਵੇਖ ਰਹੇ ਸਨ ਜਿਸ ਵਿੱਚ ਬੀਜ ਬੀਜਣਾ ਸੀ ਆਖਿਰ ਉਸ ਗਰੀਬ ਵਿਅਕਤੀ ਨੇ ਆਪਣੀ ਚੁੱਪ ਤੋੜੀ ਉਹ ਬੋਲਿਆ ਇਸ ਬੀਜ ਨੂੰ ਕੋਈ ਨਹੀਂ ਬੀਜ ਸਕਦਾ ਕਿਉਂਕਿ ਕੋਈ ਵੀ ਅਜਿਹਾ ਵਿਅਕਤੀ ਨਹੀਂ ਜਿਸਨੇ ਜਾਣੇ ਅਣਜਾਣੇ ਜਾਂ ਜਾਣ ਬੁੱਝ ਕੇ ਕਦੇ ਝੂਠ ਨਾ ਬੋਲਿਆ ਹੋਵੇ ਜਾਂ ਚੋਰੀ ਨਾ ਕੀਤੀ ਹੋਵੇ ਤੁਸੀਂ ਮੈਨੂੰ ਇਸ ਲਈ ਸਜ਼ਾ ਦੇ ਰਹੇ ਹੋ ਕਿ ਮੈਂ ਭੁੱਖ ਨਾਲ ਬੇਵਸ ਹੋ ਕੇ ਬਿਨਾਂ ਪੁੱਛੇ ਇੱਕ ਨਾਸ਼ਪਤੀ ਚੁੱਕ ਕੇ ਖਾ ਲਈ ਮੈਂ ਭੁੱਖਾ ਸੀ ਕੀ ਇਹ ਇਨਸਾਫ ਹੈ ਰਾਜੇ ਨੇ ਮੁਸਕੁਰਾ ਕੇ ਕਿਹਾ ਤੂੰ ਠੀਕ ਕਹਿ ਰਿਹਾ ਹੈ ਮੈਂ ਤੇਰੀ ਸਜ਼ਾ ਮਾਫ ਕਰਦਾ ਹਾਂ ਕੀ ਸਿੱਖਿਆ ਸਮੇਂ ਅਨੁਸਾਰ ਗੱਲ ਕਰਨਾ ਭੁੱਖੇ ਵਿਅਕਤੀ ਨੂੰ ਖਾਣਾ ਦੇਣਾ ਹਰ ਇੱਕ ਦੀ ਮਜਬੂਰੀ ਸਮਝਣਾ